बिस्मिल्लाहिर्रहमानिर्रहीम। अस्सलामु अलैकुम वेरे ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਜ਼ਿਸ਼ਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵੇ ਤੇ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ। ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਿਹੜਾ ਹੈ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ नवी तो नवी वीडियो जी भरावान तक आसानी पहुँच सके। वीडियो जी बना लगी वीडियो इस तरह है, अली गुजर की वीडियो है, भोए वाले की वीडियो का एड्रैस एंजल जिला गुजरात है, तहसील भी गुजरात है, पिंड जोड़ा इन्हों का भोया लोकेशन अगे भी वीडियो दसी दी है। किसी भी भरावना हो गुजरात निकल के आ जाना गुजरात यूनिवर्सिटी, तो यूनिवर्सिटी तो अगला स्टाप आता खोखा, खोखे तो जोड़ा रोड निकलता ना कड़िया, उस रोड के उत्ते अगे तकरीबन जरा 5 किलोमीटर तो बाद पिंड आता भोया। बाकी जी गलबात है डंगर की, वह सारी सहेली बुला के पूछ लें किन्ने ने डंगर जो वीडियो के लाने ने, तो नाल पूछ लें कि जी पिछली वीडियो लगी है जी कैसा रहा रिजल्ट, उदा डंगर जोड़े ने कितने वीडियो करने जी शुरू। और जी गुजर साहब छोटी जी पहलन सुनाओ पिछला विक गया माल लंगड़ियाल चकवाल ਛੋਟੀ ਤੇ ਵੈੜੀ ਦੋਵੇਂ ਗਈਆਂ ਨੇ ਚਕਵਾਲ, ਇੱਕ ਮਾ ਜਿਹੜੀ ਇਹ ਗਈ ਏ ਲੰਗੜਿਆਲ ਭਈ ਨਸੀਰ, ਉਹ ਲੈ ਕੇ ਗਏ ਨੇ। ਕਰੀਏ ਵੀਡੀਓ ਸ਼ੁਰੂ। ਨੰਬਰ 1 ਤੇ ਵੈੜੀ ਲਾਣੀ ਜੀ, ਵੈੜੀ ਬੋਲੋ ਜੀ। ਨੰਬਰ 1 ਜਿਹੜਾ ਨਾ ਵੈੜੀ ਬਲਾਲ ਇੱਕ ਵਾਰੀ ਤਸੱਲੀ ਕਰਾਓ ਤੇ ਬਾਕੀ ਜਿਹੜੀ ਗੱਲਬਾਤ ਹੈ ਵੈੜੀ ਦੀ ਉਹ ਸਾਰੀ ਅਸੀਂ ਪੁੱਛ ਲੈਨੇ ਆ ਅੱਲੀ ਕੋਲੋਂ। ਹਾਂਜੀ ਵਜਹ ਸਾਹਿਬ ਜੀ ਸ਼ਾਨ ਹੈ, ਕੱਲ ਦੀ ਵੈੜੀ ਫਰੀ ਹੈ, ਠੀਕ ਹੈ। ਸ਼ਾਮ ਕੇ ਵੈੜੀ ਦਾ ਬੋਲਾ ਨਾ ਕੱਟੜੇ ਆ, ਕੱਟੜੇ ਆ, ਠੀਕ ਹੈ। ਇੱਕੀ ਚਵਾਈ ਵੈੜੀ ਦੀ ਕੀਤੀ ਹੈ, ਠੀਕ ਹੈ। ਸ਼ਾਮ ਕੇ ਨਾ ਪਹਿਲੇ ਜਿਹੜਾ ਰਸਾ ਛੱਡ ਸੋ ਮੁਰਗ ਤੋਂ ਛੱਡ ਸੋ, ਬੱਚੇ ਦਾ ਕਾਦੀ ਵੀ ਬੱਚਾ ਨੇੜ ਰਿਹਾ, ਮੁਰਗ ਤੋਂ ਛੱਡ ਸੋ ਜਿਹੜਾ ਨਾ ਰਸਾ ਲੰਮਾ ਕਰਕੇ ਫਾੜਾ ਪੇ ਵਹਾ ਲੈਂਦਾ, ਸੁਵਾ ਲੈ ਦੂਸਰਾ ਤੇ ਕੱਲੇ ਦੀ ਜਿਹੜਾ ਨਾ ਸੋਈ ਹੈ ਬੱਚਾ ਕੇ ਤੋਂ ਮਗਰ ਕਿਆ ਮਾਰ ਵੱਛੀ ਜੇ ਮਗਰ ਤੇ ਵੱਛੀ। ਬੁਜੇ ਸਾਹਿਬ ਕਿੰਨਾ ਕੋ ਜਿਹੜਾ ਬੋਲਾ ਪਹਿਲਾ ਜਿਹੜਾ ਕੱਢਿਆ ਜੀ ਨਿਸ਼ਾਨ ਬੋਲਾ ਪਹਿਲਾ ਜਿਹੜਾ 8 ਤੋਂ 9 ਕਿਲੋ ਕੱਢਿਆ ਬਲਾਲਾ ਦਰਵੇ ਹੋਏ 8 ਤੋਂ 9 ਕਿਲੋ 9 ਕਿਲੋ ਯਾਰ ਬੱਚਾ ਵੈੜੀ ਬੰਨ ਕੇ ਬੱਚਾ ਨੇੜੇ ਲਿਆ ਵੈੜੀ ਬੱਚੇ ਦੇ ਵਿੱਚ ਜਾਂਦੀ ਹੈ ਬੰਨ ਸਾਡਾ ਆਪੇ ਬਲਾਲ ਵਹਾ ਲੈਂਦਾ ਤੇ ਬੱਚਾ ਵੀ ਤੋਂ ਨੇੜੇ ਲਿਆ ਬੱਚਾ ਯਾਰ ਨੇੜੇ ਕੋਈ ਵੈੜੀ ਆਪੇ ਬੱਚਾ ਵੀ ਨਾਲ ਹੀ ਵਹਾ ਲੈਂਦਾ ਭਾਈ ਜੀ ਸ਼ਾਨ ਅੱਲਾ ਪਾਕ ਹੈਰ ਕਰੇ ਬੜੀ ਚੰਗੀ ਜੀ ਵੈੜੀ ਇਹ ਪਹਿਲਣ ਹੋ ਕੇ ਪਿਛਲੇ ਸੋ ਵੈੜੀ ਦੁੱਧ ਦੇਂਦੀ ਦੀ 13 ਦੀ ਚੋਰੀ ਹੈ, ਠੀਕ ਹੈ। ਉਹ ਦੂਜਣ ਵੈੜੀ ਸੂਈ ਹੈ, ਠੀਕ ਹੈ। ਕੱਲ ਦੀ ਵੈੜੀ ਸੂਈ ਹੈ ਤੇ ਕੱਲ ਦੀ ਵੈੜੀ ਲਈ ਦੀ ਹੈ, ਠੀਕ ਹੈ। ਵੈੜੀ ਨੇ ਖਾਣ ਪੀਣ ਕੋ ਨਹੀਂ ਅੰਨਾ ਕੀਤਾ ਉਹ ਪਰਿਆ ਰਹੀ ਹੈ ਘਰ ਦੀ, ਠੀਕ ਹੈ। ਤੇ ਅੱਜ ਅੱਲਾ ਹੈਰ ਕਰੇ ਨਾ पसंद ਵੈੜੀ ਕਿੰਨੇ ਦੇ ਦੇ ਸਕਦੇ ਭਾਈ? ਵੈੜੀ ਦਾ ਡੀ 2.5 ਲੱਖ ਦੀ, ਉਹ ਮੁੱਲ ਜੋੜ ਕੋ ਨਹੀਂ ਕਰਨਾ, ਸਾਰੇ ਮੁੱਲ ਛੱਡ ਕੇ 1,95,000 ਦੀ ਵੈੜੀ ਦਾਂਗੇ ਕਿਸੇ ਭਰਾ ਨੂੰ ਪਸੰਦ ਆਈ। ਜ਼ਿੰਦਾਬਾਦ ਜੀ। 1,95,000 ਰੁਪਏ ਦੀ ਵੈੜੀ ਦੇ ਸਕਣੀ ਜੀ? ਜੀ ਬਲਾਲੇ ਦਾ ਵੈੜੀ ਟੋਰ ਕੇ ਫੇਰ ਵਹਾ ਕੇ ਵੈੜੀ ਟਾਂਗ ਦੀ ਪਸੰਦ ਆਵੇ ਜੀ, ਕਿਸੇ ਭਰਾ ਦੇ ਪਸੰਦ ਆਈ ਜੀ, ਠੀਕ ਹੈ। ਜ਼ਿਲ੍ਹਾ ਗੁਜਰਾਤ ਹੈ, ਤਹਿਸੀਲ ਵੀ ਗੁਜਰਾਤ ਹੈ, ਪਿੰਡ ਜਿਹੜਾ ਜੀ ਭੋਇਆ ਅੱਲੇ ਗੁਜਰ ਦੇ ਵੀਡੀਓ ਹੈ। ਇੱਥੋਂ ਲੈ ਆ ਤੋ ਪਿਛਾ महीने ਦੀ ਝੋਟੀ ਸੂਈ ਹੈ, ਠੀਕ ਹੈ। ਕੱਟੀ ਮਗਰ ਰਾਛਾ ਛੱਟ ਗਈ ਹੈ, ਇਹ ਰਾਛਾ ਛੱਟ ਰਹੀ ਹੈ ਮਗਰ ਇਹਦੇ ਕੱਟੀ ਹੈ ਨਾ ਜੀ, ਮਗਰ ਕੱਟੀ ਜੇ ਮੂਝੂ ਕੇ ਜੇ ਮੂਝੂ ਭਾਈ ਛਿੱਗੀ ਜੇ ਮੂਝੂ ਛਿੱਗੀ ਹੈ, ਠੀਕ ਹੈ। ਇਸੇ ਭਰਾ ਦੇ ਭਾਈ ਇਹ ਦੂਜੀ ਗੱਲ ਭਾਈ ਇਹਦੇ ਦੁੱਧ ਦੀ ਗਰੰਟੀ ਦਾਂਗੇ ਝੋਟੀ ਆਪਣੇ ਨਾਲ ਕੰਮ ਚੋਖਾ ਕਰਦੀ ਹੈ, ਚੋਖਾ ਕਰਦੀ ਚੋਖਾ, ਠੀਕ ਹੈ। ਝੋਟੀ ਦਾ ਵਰਗ ਥੋੜਾ ਦੁੱਧ ਕਿਸੇ ਭਰਾ ਦਾ ਦਿਲ ਕਰੇ 12 ਸੇ ਦੀ ਗਰੰਟੀ ਦਾਂਗੇ ਘਰ ਦੀ ਵੀ,
12 किलो जी 12 किलो जी सारी दा ना जी सारी दा दो टाइम दा 12 से दूध की दा दिल करदा आ के मेहनत खरी कर लो बात पीटा रख जी भाई लिबास पीटा रख दी है जिन्नी आए पूरी खरी है ठीक है दूध 12 किलो 12 किलो दी गारंटी दा गारंटी होवे कि कोई भी भरा ऐसे आवे आ के 6 किलो एक टाइम 6 किलो एक टाइम दूध तसल्ली ना पूरा करे ठंडा कर जी क्योंकि अपने थोड़ी जी ना सिकले दो लख पी हजार मुल जरा 2,50,000 2,50,000 इस वीडियो दे नाल दियो ज्यादा ते इंशाल्लाह अगली वीडियो दे नाल फेर हाजर होवांगे पाकिस्तान जिंदाबाद।